ਸਾਨੂੰ ਸੋਸ਼ਲ ਮੀਡੀਆ ਸਾਨੂੰ ਪਤਾ ਚੱਲਿਆ ਸੀ ਤੇ ਸਾਡੀ ਫਾਊਂਡੇਸ਼ਨ ਮਾਝਾ ਫਾਊਂਡੇਸ਼ਨ ਜਿਹੜੀ ਆ ਫਿਰ ਅਸੀਂ ਸਾਰੀ ਟੀਮ ਇੱਥੇ ਆਏ ਆ ਅਸੀਂ ਦੇਖਿਆ ਕਿ ਆ ਕੇ ਲੜਕੀ ਜਿਹੜੀ ਆ ਉਹ 50% ਸੜ ਚੁੱਕੀ ਸੀ ਤੇ ਉਹਦੇ ਬਾਰੇ ਪਤਾ ਕੀਤਾ ਡਾਕਟਰ ਸਾਨੂੰ ਪਤਾ ਕੀਤਾ ਕਿ ਉਹ ਥੋੜਾ ਮੈਂਟਲੀ ਵੀ ਅਪਸੈਟ ਆ ਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਨਾਂ ਨੂੰ ਸ਼ਾਇਦ ਜੇ ਇਹਨਾਂ ਦਾ ਪਰਿਵਾਰ ਮੈਂਬਰ ਕੋਈ ਨਹੀਂ ਮਿਲਿਆ ਲੱਭਾ ਜਾਂ ਨਹੀਂ ਪਤਾ ਚੱਲਿਆ ਤੇ ਫਿਰ ਸ਼ਿਫਟ ਜਿਹੜਾ ਅੰਮ੍ਰਿਤਸਰ ਕਰਨਾ ਪਏਗਾ ਫਿਰ ਸਾਡੀ ਸੰਸਥਾ ਨੇ ਇੱਕ ਕੀਤਾ ਕਿ ਅਸੀਂ ਇਹਨਾਂ ਨੂੰ ਜਿਹੜਾ ਸ਼ਿਫਟ ਅੰਮ੍ਰਿਤਸਰ ਕਰਾਂਗੇ ਪ੍ਰੋਪਰ ਇਲਾਜ ਜਿਹੜਾ ਸਾਡੀ ਸੰਸਥਾ ਕਰਾਏਗੀ ਇਹਨਾਂ ਦੀ ਮਾਝਾ ਫਾਊਂਡੇਸ਼ਨ ਇਲਾਜ ਪੂਰਾ ਪ੍ਰੋਪਰ ਕਰਾਏਗੀ ਇਹਨਾਂ ਦੀ ਭਾਵੇਂ ਜੇ ਗੁਰਦਾਸਪੁਰ ਹੋਏਗਾ ਚਾਹੇ ਅੰਮ੍ਰਿਤਸਰ ਹੋਏ ਸਾਰਾ ਇਲਾਜ ਅਸੀਂ ਕਰਵਾਵਾਂਗੇ ਇਹਨਾਂ ਦਾ ਡਾਕਟਰ ਸਾਹਿਬ ਕਹਿੰਦੇ ਵੀ ਅਜੇ ਕੰਡੀਸ਼ਨ ਥੋੜ੍ਹੀ ਖਰਾਬ ਹੈ ਲੇਕਿਨ ਕਿਉਂਕਿ ਜਦੋਂ ਬੋਡੀ 50% ਸੜ ਜਾਂਦੀ ਹੈ ਡਾਕਟਰ ਸਾਹਿਬ ਕਹਿੰਦੇ ਇਨਫੈਕਸ਼ਨ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਇਹਦਾ ਜਿਹੜਾ ਇਲਾਜ ਪ੍ਰੋਪਰ ਆ ਉਹ ਗੁਰਦਾਸਪੁਰ ਹੋਸਪਿਟਲ ਵਿੱਚ ਨਹੀਂ ਹੈਗਾ ਪਰ ਉਹ ਕਹਿੰਦੇ ਕਿ ਇਹਨੂੰ ਸ਼ਿਫਟਡ ਅੰਮ੍ਰਿਤਸਰ ਕਰਨਾ ਪਏਗਾ ਅਤੇ ਅਸੀਂ ਕਹੇ ਕੋਈ ਗੱਲ ਨਹੀਂ ਤੁਸੀਂ ਅੰਮ੍ਰਿਤਸਰ ਸ਼ਿਫਟ ਕਰ ਦਿਓ ਜੋ ਵੀ ਖਰਚਾ ਹੋਏਗਾ ਸਾਡੀ ਸੰਸਥਾ ਵੱਲੋਂ ਹੋਏਗਾ ਸਰ ਪ੍ਰਵਾਸੀ ਜਾਂ ਪੰਜਾਬੀ ਆ ਉਹ ਗੱਲ ਦੇਖੋ ਹਜੇ ਤੱਕ ਅਸੀਂ ਪੁੱਛਿਆ ਲੜਕੀ ਨੂੰ ਪਰ ਹਜੇ ਤੱਕ ਕੁਝ ਪਤਾ ਨਹੀਂ ਚੱਲਿਆ ਜਦੋਂ ਵੀ ਪਤਾ ਚੱਲੇਗਾ ਫਿਰ ਅਸੀਂ ਤੁਹਾਨੂੰ ਪਰਿਵਾਰਿਕ ਮੈਂਬਰ ਕੋਈ ਇਹਦਾ ਹੈਗਾ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਆਇਆ ਇੱਥੇ ਹਸਪੀਟਲ ਹਜੇ ਤੱਕ ਦਾ ਕੋਈ ਸਾਰੀ ਕੇਅਰ ਠੀਕ ਆ ਹਾਂ ਸਾਰੀ ਕੇਅਰ ਸਾਡੀ ਸੰਸਥਾ ਕਰੇਗੀ ਪੂਰੀ ਪ੍ਰੋਪਰ ਹਾਂਜੀ ਹੁਣ ਮੇਰਾ ਸ਼ਿਫਟ ਕਰ ਦਿੱਤਾ ਗਿਆ ਜਾਂ ਫਿਰ ਇਹ ਕਹਿੰਦੇ ਕਿ ਸ਼ਾਮ ਤੱਕ ਜੇ ਕੋਈ ਮੈਂਬਰ ਪਰਿਵਾਰਿਕ ਮੈਂਬਰ ਕਰ ਦਿੱਤਾ ਜਾਏਗਾ ਮੈਸੇਜ ਇਹੀ ਨੌਜਵਾਨ ਲੋੜਵੰਦ ਪਰਿਵਾਰ ਆ ਉਹਨਾਂ ਦੀ ਹੈਲਪ ਕਰੋ ਅਤੇ ਜੇ ਤੁਹਾਨੂੰ ਲੋੜਵੰਦ ਲੱਗ ਇਲਾਜ ਦੀ ਲੋੜ ਆ ਤਾਂ ਉਹਨਾਂ ਦੇ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਕਰਿਆ ਕਰੋ ਇਹ ਚੀਜ਼ ਕਿਉਂਕਿ ਸਭ ਨਾਲ ਜ਼ਿਆਦਾ ਜਿਹੜੀ ਇਹ ਸੇਵਾ ਹੈ ਇਹ ਸਭ ਨਾਲੋਂ ਵਧੀਆ ਸੇਵਾ ਹੈ ਹਾਂਜੀ ਹਰਬੰਸ ਕੌਰ ਇੱਥੇ ਸਾਨੂੰ ਅਸੀਂ ਬੈਂਕਾਂ ਦੀ ਐਂਟਰੀ ਪਾ ਰਹੇ ਸੀ ਅਤੇ ਸਾਨੂੰ ਕੁਐਸਟੀ ਆਈ ਵੀ ਇੱਦਾਂ ਕਰਕੇ ਕੋਈ ਲੇਡੀ ਚੱਲ ਰਹੀ ਆ ਟਾਵਰ 'ਤੇ ਅਤੇ ਅਸੀਂ ਇੱਥੇ ਆਏ ਹਾਂ ਫਟਾਫਟ ਅਤੇ ਉਹ ਅੱਗੇ ਆਉਂਦਿਆਂ ਨੂੰ ਇੱਥੇ ਪਈ ਸੀਗੀ ਗੱਦੇ 'ਤੇ ਅਤੇ ਉਹ ਫਿਰ ਆਪਾਂ ਫੋਨ ਕੀਤਾ ਵੀ ਐਂਬੂਲੈਂਸ ਭੇਜ ਦਿਉ ਆਪਣੇ ਸੀਰਾ 6 'ਤੇ ਅਤੇ ਇੰਨੇ ਕਰਦੇ ਫਿਰ ਉਹ BSF ਦੇ ਜਵਾਨ ਆਏ ਆ ਅਤੇ ਉਹਨੂੰ ਗੱਡੀ 'ਚ ਪਾ ਕੇ ਅਤੇ ਸਿਵਲ ਹੋਸਪਿਟਲ ਲੈ ਗਏ ਜਿਹੜੀ ਮੌਕੇ 'ਤੇ ਆਏ ਉਦੋਂ ਕੀ ਹਾਲਾਤ ਸੀ ਕੁੜੀ ਦੇ ਕਿੰਨੀ ਕੁ ਸੜ ਚੁੱਕੀ ਉਹ ਸੜ ਚੁੱਕੀ ਆ ਚੀਕਾਂ ਮਾਰੀ ਸੀ ਬਣੇ ਪਤਾ ਲੱਗਾ ਕੋਈ ਕਿੱਥੋਂ ਦੀ ਰਹਿਣ ਵਾਲੀ ਜਾਂ ਕਿਉਂ ਕਿਵੇਂ ਆਈ ਇਹਦੀ ਚਪੇਟ ਵਿੱਚ ਕਰੰਟ ਦੀ ਹਾਂਜੀ ਇਹ ਨਹੀਂ ਪਤਾ ਚੱਲਿਆ ਵੈ ਉੱਪਰ ਉਹ ਚੜ੍ਹੀ ਆ ਹਾਂਜੀ ਰੇਲਵੇ ਦਾ ਟਾਵਰ ਜੀ ਰੋਹਿਤ ਸ਼ਰਮਾ UP ਅਲੀਗੜ੍ਹ ਇੱਕ ਲੜਕੀ ਆ ਰਹੀ ਸੀ ਸਟੇਸ਼ਨ ਕੀ ਤਰਫ ਸੇ ਪਤਾ ਨਹੀਂ ਯਾ ਇਧਰ ਸੇ ਜਾ ਰਹੀ ਥੀ ਤੋ ਉਹ ਪਤਾ ਨਹੀਂ ਚੜ ਗਈ ਪਤਾ ਨਹੀਂ ਕਰੰਟ ਮੈਂ ਇਸ ਲਈ ਉਸੇ ਉਹ ਮੈਨੇ ਦੇਖਾ ਖੜਾਕ ਖੜਾਕ ਹੋਣੇ ਲਗਾ ਪਟਾਕੇ ਜਬ ਬੋਲਣ ਲਗੇ ਮੈਨੇ ਦੇਖਾ ਤੋ ਮੈਂ ਕਿਲਾਨੇ ਲਗਾ ਮੈਨੇ ਕਿ ਮੈਨੇ ਸੋਚਾ ਪਤਾ ਨਹੀਂ ਕਿਆ ਫਿਰ ਲੋਕ ਨਿਕਲ ਕੇ ਆਏ BSNL ਦਫ਼ਤਰ ਸੇ ਔਰ ਇਧਰ ਉਧਰ ਸੇ ਆਏ ਤੋ ਫਿਰ ਉਹਨੇ ਦੇਖਾ ਤੋ ਲਾਈਟ ਫਿਰ ਕਟਵਾਈ ਉਹਨੇ ਫਿਰ ਲੜਕੀ ਕੋ ਉਤਾਰਾ ਫਿਰ ਹਸਪੀਟਲ ਲੈ ਜਾਣੇ ਲਗੇ ਲੜਕੀ ਅਭੀ ਤੋ ਠੀਕ ਥੀ ਪੂਰੀ ਜਲ ਗਈ ਹੈ ਪੂਰੀ ਸੜ ਗਈ ਪਰ ਉਸੇ ਹਸਪੀਟਲ ਲੈ ਗਏ ਆਦਮੀ ਵਾਲੇ ਪਤਾ ਨਹੀਂ ਮੈਨੇ ਨਹੀਂ ਦੇਖਾ ਉਸੇ ਹੁਏ ਮੈਨੇ ਇਹ ਦੇਖਾ ਕਿ ਧਮਾਕਾ ਸਾ ਹੁਆ ਜਬ ਮੈਨੇ ਦੇਖਾ ਉਸੇ ਫਿਰ ਮੈਂ ਕਿਲਾ ਨਹੀਂ ਲਗਾ ਮੈਨੇ ਕਿ ਪਤਾ ਨਹੀਂ ਕਿਆ ਹੁਆ ਮੈਨੇ ਕਿ ਦੇਖੋ ਤੋ ਸਭ ਲੋਕ ਨਿਕਲ ਕੇ ਆਏ ਨੀਚੇ ਉਸੇ ਪਹਿਲੇ ਉੱਪਰ ਸੇ ਨੀਚੇ ਡਿੱਗਣੇ ਲੱਗੀ ਫਿਰ ਤਾਰ ਪੈ ਲੱਗੀ ਫਿਰ ਕਿਲਾ ਕਿਲਾ ਕੇ ਲੋਕਾਂ ਨੇ ਉਸੇ ਨੀਚੇ ਗੱਦਾ ਲਗਾ ਰੱਖਾ ਤਾ ਫਿਰ ਆਪਣੇ ਆਪ ਨੀਚੇ ਗਿਰ ਗਈ ਫਿਰ ਆਰਮੀ ਵਾਲੇ ਆਏ ਤੇ ਉਹਨਾਂ ਨੇ ਆਪਣੀ ਗਾੜੀ ਮੰਗਾ ਕੇ ਹੋਸਪਿਟਲ ਲੈ ਗਏ ਲੜਕੀ ਆਵਾਜ਼ ਫਵਾ ਤੋਂ ਦੇ ਰਹੀ ਹੈ ਵੈਸੇ ਸੜ ਪੂਰੀ ਗਈ ਹੈ ਹਾਂ ਵੀ ਹੋਸਪਿਟਲ ਲੈ ਗਏ ਆਰਮੀ ਵਾਲੇ ਆ ਪਤਾ ਨਹੀਂ ਕੌਣ ਸੇ ਹੋਸਪਿਟਲ ਮੇਂ ਲੈ ਗਏ ਆਰਮੀ ਵਾਲੇ ਲੈ ਗਏ ਸਾਡੇ ਕੋਈ ਕਾਨੂੰਨ ਪੇਸ਼ੈਂਟ ਆਇਆ BSF ਵਾਲੇ ਲੈ ਕੇ ਆਏ ਅਤੇ ਬਰਨ ਇੰਜਰੀ ਨਾਲ ਕੋਈ ਤਾਰ ਤੂਰ 'ਤੇ ਜੇ ਉਹਨੂੰ ਬਰਨ ਇੰਜਰੀ ਹੋਈ ਆ ਰੇਲਵੇ ਕਰੋਸਿੰਗ 'ਤੇ ਅਤੇ ਉਹਦੀ 50% ਜਿਹੜੀ ਹੈ ਉਹ ਬਰਨ ਇੰਜਰੀ ਹੈਗੀ ਆ ਅਤੇ ਨਹੀਂ ਪੇਸ਼ੈਂਟ ਨੇ ਨਾ ਨਹੀਂ ਦੱਸਿਆ ਨਾ ਕੋਈ ਦੱਸਿਆ ਰਹਿਣ ਵਾਲੀ ਕਿੱਥੋਂ ਦੀ ਹੈਗੀ ਹੈ ਪ੍ਰਵਾਸੀ ਲੱਗਦੀ ਹੈ ਮੈਨੂੰ ਖਾਸ ਤਰ੍ਹਾਂ ਮੰਗਣ ਵਾਲੇ ਹੁੰਦੇ ਨਾ ਜਿੱਦਾਂ ਬੈਗਾ ਟਾਈਪ ਉਸ ਹੈਗੇ ਆ ਅਤੇ ਜਿਸ ਹਿਸਾਬ ਨਾਲ ਲੱਗਦਾ ਕਿ ਉਹਦੀ ਦਿਮਾਗੀ ਹਾਲਤ ਇੰਨੀ ਠੀਕ ਨਹੀਂ ਹੈ 50% ਹੈਗੀ ਆ ਬਾਹਰ ਨਹੀਂ ਟ੍ਰੀਟਮੈਂਟ ਚੱਲ ਰਿਹਾ ਉਹਦਾ